ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਪੂਰਾ ਗਿਆਨ ਸੀ ਕਿ ਇਸ ਇਲੈਕਸ਼ਨ ਦੇ ਵਿੱਚ ਸਰਕਾਰ ਦੀ 4 ਸਾਲ ਦੀ ਕਾਰਜਕਾਰੀ ਜਿਹੜੀ ਹੈ ਉਹਦਾ ਲੇਖਾ ਜੋਖਾ ਲੋਕੀ ਕਰਨਗੇ। ਔਰ ਇਸ ਗੱਲ ਦਾ ਵੀ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੀ ਜਨਤਾ ਇਸ ਸਰਕਾਰ ਦੀ ਨੋਨ ਗਵਰਨੈਂਸ ਕਰਕੇ, ਪੂਅਰ ਪਰਫਾਰਮੈਂਸ ਕਰਕੇ, ਥੱਲੇ ਲਾ ਐਂਡ ਆਰਡਰ ਦੀ ਮਾੜੀ ਹਾਲਤ ਕਰਕੇ, ਵੱਡੇ ਸਕੈਂਡਲ ਕਰਕੇ ਔਰ ਵਾਅਦੇ ਨਾ ਪੂਰੇ ਕਰਨ ਕਰਕੇ ਬਹੁਤ ਬੁਰੀ ਹਾਲਤ ਹੈ। ਇਸੇ ਲਈ ਸਰਕਾਰ ਇਹਨਾਂ ਇਲੈਕਸ਼ਨਾਂ ਵਿੱਚ ਇੰਨਾ ਡਰ ਰਹੀ ਸੀ ਕਿ ਉਹਨਾਂ ਨੇ ਸਾਰੇ ਨਿਯਮਾਂ ਦੀਆਂ ਕਾਨੂੰਨਾਂ ਦੀਆਂ ਧੱਜੀਆਂ ਉਡਾਤੀਆਂ ਅਤੇ ਇੱਕੋ ਹੀ ਮਕਸਦ ਰੱਖਿਆ ਕਿ ਕਿਸੇ ਤਰੀਕੇ ਭਾਵੇਂ ਡਾਂਗਾ ਮਾਰ ਕੇ, ਭਾਵੇਂ ਬੂਥ ਕੈਪਚਰਿੰਗ ਕਰਕੇ, ਭਾਵੇਂ ਨੋਮੀਨੇਸ਼ਨ ਰੱਦ ਕਰਕੇ, ਭਾਵੇਂ ਵੋਟਾਂ ਗਲਤ ਤਰੀਕੇ ਨਾਲ ਸ਼ਿਫਟ ਕਰਕੇ ਇਲੈਕਸ਼ਨਾਂ ਦਿੱਤੀਆਂ ਜਾਣ। ਪਰ ਫਿਰ ਵੀ ਮੈਂ ਸਮਝਦਾ ਕਿ ਜਿੰਨਾ ਲੋਕਾਂ ਦਾ ਰੋਹ ਸੀ ਇਹਨਾਂ ਦੇ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਜਿੱਥੇ ਕਿਤੇ ਵੀ ਫੇਰ ਇਲੈਕਸ਼ਨ ਹੋਈ ਹੈ ਉੱਥੇ ਕਾਂਗਰਸ ਨੂੰ ਮਾਰ ਖਾਣੀ ਪਏਗੀ। ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਪੂਰਾ ਗਿਆਨ ਸੀ ਕਿ ਇਸ ਇਲੈਕਸ਼ਨ ਦੇ ਵਿੱਚ ਸਰਕਾਰ ਦੀ 4 ਸਾਲ ਦੀ ਕਾਰਜਕਾਰੀ ਜਿਹੜੀ ਹੈ ਉਹਦਾ ਲੇਖਾ ਜੋਖਾ ਲੋਕੀ ਕਰਨਗੇ। ਔਰ ਇਸ ਗੱਲ ਦਾ ਵੀ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੀ ਜਨਤਾ ਇਸ ਸਰਕਾਰ ਦੀ ਨੋਨ ਗਵਰਨੈਂਸ ਕਰਕੇ, ਪੂਅਰ ਪਰਫਾਰਮੈਂਸ ਕਰਕੇ, ਥੱਲੇ ਲਾ ਐਂਡ ਆਰਡਰ ਦੀ ਮਾੜੀ ਹਾਲਤ ਕਰਕੇ, ਵੱਡੇ ਸਕੈਂਡਲ ਕਰਕੇ ਔਰ ਵਾਅਦੇ ਨਾ ਪੂਰੇ ਕਰਨ ਕਰਕੇ ਬਹੁਤ ਬੁਰੀ ਹਾਲਤ ਹੈ। ਇਸੇ ਲਈ ਸਰਕਾਰ ਇਹਨਾਂ ਇਲੈਕਸ਼ਨਾਂ ਵਿੱਚ ਇੰਨਾ ਡਰ ਰਹੀ ਸੀ ਕਿ ਉਹਨਾਂ ਨੇ ਸਾਰੇ ਨਿਯਮਾਂ ਦੀਆਂ ਕਾਨੂੰਨਾਂ ਦੀਆਂ ਧੱਜੀਆਂ ਉਡਾਤੀਆਂ ਅਤੇ ਇੱਕੋ ਹੀ ਮਕਸਦ ਰੱਖਿਆ ਕਿ ਕਿਸੇ ਤਰੀਕੇ ਭਾਵੇਂ ਡਾਂਗਾ ਮਾਰ ਕੇ, ਭਾਵੇਂ ਬੂਥ ਕੈਪਚਰਿੰਗ ਕਰਕੇ, ਭਾਵੇਂ ਨੋਮੀਨੇਸ਼ਨ ਰੱਦ ਕਰਕੇ, ਭਾਵੇਂ ਵੋਟਾਂ ਗਲਤ ਤਰੀਕੇ ਨਾਲ ਸ਼ਿਫਟ ਕਰਕੇ ਇਲੈਕਸ਼ਨਾਂ ਦਿੱਤੀਆਂ ਜਾਣ। ਪਰ ਫਿਰ ਵੀ ਮੈਂ ਸਮਝਦਾ ਕਿ ਜਿੰਨਾ ਲੋਕਾਂ ਦਾ ਰੋਹ ਸੀ ਇਹਨਾਂ ਦੇ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਜਿੱਥੇ ਕਿਤੇ ਵੀ ਫੇਰ ਇਲੈਕਸ਼ਨ ਹੋਈ ਹੈ ਉੱਥੇ ਕਾਂਗਰਸ ਨੂੰ ਮਾਰ ਖਾਣੀ ਪਏਗੀ।